ਬਸੀਰਾਬਾਦ ਡਿਵੀਜ਼ਨ ਵਿੱਚ 3 ਰੋਜ਼ਾ ਇੰਸਦਾਦੇ ਪੋਲੀਓ ਮੁਹਿੰਮ ਦਾ ਅੱਜ ਅਗਲੂ ਜਾਰੀ ਹੈ। ਮੁਹਿੰਮ ਦੇ ਦੌਰਾਨ 5 ਸਾਲ ਤੋਂ ਘੱਟ ਉਮਰ ਦੇ ਬਾਲਕਾਂ ਪੋਲੀਓ ਤੋਂ ਬਚਾਓ ਦੇ ਕਤਰੇ ਪਿਲਾਏ ਗਏ ਸਨ। ਡਿਸਟ੍ਰਿਕਟ ਹੈੱਡਕੁਆਰਟਰ ਸੋਹਬਤਪੁਰ 3 ਰੋਜ਼ਾ ਇੰਸਦਾਦੇ ਪੋਲੀਓ ਮੁਹਿੰਮ ਦਾ ਆਗਾਜ਼ ਥੀ ਚੁੱਕੇ ਜਿਹਦੇ 1,76,054 ਬਾਲਕਾਂ ਪੋਲੀਓ ਦੇ ਕਤਰੇ ਪਿਲਾਏ ਗਏ ਸਨ। ਇੰਸਦਾਦੇ ਪੋਲੀਓ ਮੁਹਿੰਮ 12 ਨਵੰਬਰ ਤੋਂ ਜਾਰੀ ਰਿਹਾ ਸੀ। 490 ਟੀਮਾਂ ਮੁਹਿੰਮ ਵਿੱਚ ਹਿੱਸਾ ਗਿੰਦੀਆਂ ਪੈਣ ਜਿਹੜੀਆਂ ਘਰ ਘਰ ਵੰਜ ਤੇ 5 ਸਾਲ ਦੇ ਬਾਲਾਂ ਨੂੰ ਪੋਲੀਓ ਤੋਂ ਬਚਾਓ ਦੇ ਕਤਰੇ ਪਿਲਾਏ ਗਏ ਸਨ। ਦੂਜੇ ਪਾਸੋਂ ਪੋਲੀਓ ਦੀ ਟੀਮਾਂ ਦੀ ਹਿਫਾਜ਼ਤ ਸੰਗੇ ਸਿਕਿਉਰਿਟੀ ਦੇ ਸਖਤ ਇੰਤਜ਼ਾਮਾਤ ਕੀਤੇ ਗਏ ਹਰ ਟੀਮ ਨਾਲ। ਦੂਜੇ ਪਾਸੋਂ ਇੰਸਦਾਦੇ ਪੋਲੀਓ ਦੀਆਂ ਟੀਮਾਂ ਦੀ ਹਿਫਾਜ਼ਤ ਸੰਗੇ ਸਿਕਿਉਰਿਟੀ ਦੇ ਸਖਤ ਇੰਤਜ਼ਾਮਾਤ ਕੀਤੇ ਗਏ ਹਰ ਟੀਮ ਨਾਲ। ਇੱਕ ਪੁਲਿਸ ਅਹਿਲਕਾਰ ਡਿਊਟੀ ਦੇਂਦਾ ਪਏ।